ਪੁਲਿਸਿਟੀ ਅੰਮ੍ਰਿਤਸਰ ਦੇ ਵਿੱਚ ਮਰਡਰ ਹੋਇਆ ਹੈ ਜੀ ਤੇ ਅਸੀਂ ਆ ਕੇ ਜਾਂਚ ਸ਼ੁਰੂ ਕਰਤੀ ਹੈ ਸੀਸੀਟੀਵੀ ਫੁਟੇजेस ਵੀ ਚੈੱਕ ਕਰ ਰਹੇ ਹਾਂ ਤੇ ਹੁਣ ਤੱਕ ਜੋ ਪਤਾ ਲੱਗਿਆ ਹੈ ਕਿ ਜਿਹੜੇ ਅਕਿਊਜ਼ ਰਹਿ ਗਏ ਆ ਨੋਵਾ ਦੇ ਵਿੱਚ ਆਏ ਸੀਗੇ 3 ਪਰਸਨਸ ਆ ਤੇ ਉਹਨਾਂ ਨੇ ਬੈਠੇ-ਬੈਠੇ ਉਹਨਾਂ ਨੂੰ ਗੋਲੀ ਮਾਰੀ ਜੀ ਸਰ ਇਹ ਕੋਣ ਹੈ ਜਿਨ੍ਹਾਂ ਨੂੰ ਗੋਲੀ ਲੱਗੀ ਹੈ ਕੋਣ ਹੈ ਹਾਂ ਮੈਂ ਆਇਆ ਹਾਂ ਪੈਟਰੋਲ ਪੰਪ ਆਇਆ ਇਹਨਾਂ ਦੇ ਦੋ ਪੰਪ ਸਨ ਦੋ ਪੰਪ ਨੇ ਔਰ ਉਥੋਂ ਪੰਪ ਤੋਂ ਵਾਪਸ ਆ ਰਹੇ ਸੀਗੇ ਇਹਨਾਂ ਦਾ ਜੋ ਕੈਸ਼ ਵਗੈਰਾ ਸਾਰਾ ਜੋ ਵੀ ਹੈਗਾ ਉਹ ਸਾਰਾ ਐਸ ਇਟ ਇਜ਼ ਇਹਨਾਂ ਦੇ ਕੋਲ ਸੀਗਾ ਜੋ ਸਾਨੂੰ ਇਸ ਤੋਂ ਮਤਲਬ ਕਿ ਜੋ ਸਾਡੇ ਕੋਲ ਇਸ ਵੇਲੇ ਤੱਕ ਸਬੂਤ ਇਕੱਠੇ ਹੋਏ ਤੋ ਇਹ ਲੱਗਦਾ ਕਿ ਪਰਸਨਲ ਐਨੀਮੀਟੀ ਸੀਗੀ ਔਰ ਅਸੀਂ ਜਲਦੀ ਇਹਨੂੰ ਟ੍ਰੇਸ ਕਰ ਲਵਾਂਗੇ ਸਰ ਸਵਾਲ ਕਿਤੇ ਖੜੇ ਹੁੰਦੇ ਪਏ ਹੈ ਹੌਲੀ ਸਿਟੀ ਹੈ ਵੱਡੇ ਚਿਹਰੇ ਇੱਥੇ ਰਹਿੰਦੇ ਨੇ ਕਾਫੀ ਇਸ ਤਰ੍ਹਾਂ ਦੇ ਸਕਿਉਰਟੀ ਕੋਈ ਨਹੀਂ ਸਕਿਉਰਟੀ ਇਹਦੇ ਵਿੱਚ ਸਾਡੀ ਪੀਸੀਆਰ ਵੀ ਗੇਟ ਦੇ ਉੱਤੇ ਲੱਗੀ ਸੀ ਅਦਰ ਦੈਨ ਸਾਡੇ ਅਫੀਸਰ ਵੀ ਇੱਥੋਂ ਚੈੱਕ ਕਰਕੇ ਜਾਂਦੇ ਨੇ ਪਰ ਇਹ ਪਰਸਨਲੀ ਬੰਦੇ ਨੂੰ ਜਾਣਦੇ ਸੀਗੇ ਇਹਦੇ ਕਰਕੇ ਜਿਹੜਾ ਇਨਸੀਡੈਂਟ ਹੋਇਆ ਹੈਗਾ ਅਸੀਂ ਇਹਨੂੰ ਜਲਦੀ ਡ੍ਰੈਸ ਕਰ ਇੱਕ ਗੋਲੀ ਲੱਗੀ ਹੈ ਥਾਈ ਦੇ ਵਿੱਚ ਲੱਗੀ ਹੈ ਫਰੰਟ ਸਾਈਡ ਦੇ ਉੱਪਰ ਔਰ ਸੀਸੀਟੀਵੀ ਸਾਹਮਣੇ ਆਈ ਹੈ ਸਰ ਹਾਂ ਸੀਸੀਟੀਵੀ ਸਾਹਮਣੇ ਆਈ ਹੈ ਬਾਕੀ ਅਸੀਂ ਜਿਹੜਾ ਡਿਟੇਲਸ ਪਰਿਵਾਰਿਕ ਮੈਂਬਰ ਵੱਲੋਂ ਕੋਈ ਜਾਣਕਾਰੀ ਸਾਂਝੀ ਕੀਤੀ ਕੀ ਕੋਈ ਦੁਸ਼ਮਣੀ ਉਹ ਅਸੀਂ ਕਰ ਰਹੇ ਹਾਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਜਿਸ ਤਰ੍ਹਾਂ ਉਹ ਬਿਆਨ ਦੇ ਰਹੇ ਨੇ ਉਹ ਸਭ ਨਾਲ ਇਨਵੈਸਟੀਗੇਟ ਕਰ ਰਹੇ ਹਾਂ ਕੋਈ ਹੋਰ ਕੀ ਕੀਤੀ ਗਈ ਸੀ ਗੱਲ ਨਹੀਂ ਇਹਦੇ ਬਾਰੇ ਹਜੇ ਕੁਝ ਨਹੀਂ ਕਹਿ ਸਕਦੇ ਇਟਸ ਟੂ अर्